ਇਸ ਔਰਤ ਦਾ ਤਾਂ ਫੜ ਕੇ ਮੂੰਹ ਕਾਲਾ ਕਰ ਦੇਣਾ ਚਾਹੀਦਾ ਹੈ। ਇਹ ਅਸੀਂ ਇਸ ਲਈ ਕਹਿ ਰਹੇ ਹਾਂ, ਇਸ ਦੀ ਹਰਕਤ ਵੇਖੋ। ਮੈਡੀਕਲ ਦੀ ਦੁਕਾਨ ਤੇ ਖੜਿਆ ਇਹ ਸ਼ਖਸ ਜੋ ਕਿ ਪਹਿਲਾਂ ਤੋਂ ਹੀ ਪੀੜਿਤ ਹੈ, ਦਵਾਈ ਲੈਣ ਆਇਆ ਸੀ ਤੇ ਉਸਦੀ ਜੇਬ ਕੱਟ ਕੇ ਲੈ ਗਈਆਂ ਇਹ ਚੋਰਨੀਆਂ। ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਈਆਂ ਨੇ ਦੋਨੇ ਚੋਰਨੀਆਂ। ਇੱਕ ਨੇ ਪੀਲਾ ਸੂਟ ਪਾਇਆ ਜੋ ਕਿ ਪਿੱਛੇ ਖੜੀ ਹੈ ਅਤੇ ਇੱਕ ਸ਼ਖਸ ਦੇ ਨਾਲ ਖੜੀ ਹੈ, ਪੀੜਿਤ ਸ਼ਖਸ ਦੇ ਨਾਲ ਖੜੀ ਹੈ ਉਸਦਾ ਧਿਆਨ ਉਲਝਾਉਣ। ਤਾਂ ਦੇਖ ਸਕਦੇ ਹੋ ਕਿਵੇਂ ਚੁਸਤ ਚਲਾਕੀ ਦੇ ਨਾਲ ਇਸ ਔਰਤ ਦੇ ਵੱਲੋਂ ਉਸ ਸ਼ਖਸ ਦੇ ਜੇਬ ਦੇ ਵਿੱਚੋਂ ਪਰਸ ਕੱਢ ਵੀ ਲਿਆ ਗਿਆ ਤੇ ਉਸ ਸ਼ਖਸ ਨੂੰ ਪਤਾ ਵੀ ਨਹੀਂ ਲੱਗਿਆ। ਬਾਅਦ ਦੇ ਵਿੱਚ ਜਦ ਉਹ ਮੈਡੀਕਲ ਵਾਲੇ ਨੂੰ ਪੈਸੇ ਦੇਣ ਲੱਗਾ ਤਾਂ ਪਤਾ ਲੱਗਿਆ ਕਿ ਉਸਦੇ ਕੋਲ ਤਾਂ ਪੈਸੇ ਹੀ ਹੈ ਨਹੀਂ, ਉਸਦਾ ਤਾਂ ਬਟੂਆ ਹੀ ਗਾਇਬ ਹੈ। ਤਾਂ ਦੱਸ ਦਈਏ ਕਿ ਉਸ ਬਟੂਏ ਦੇ ਵਿੱਚ 7000 ਰੁਪਏ ਸਨ ਅਤੇ ਹੋਰ ਕਈ ਜ਼ਰੂਰੀ ਕਾਗਜ਼ਾਤ ਸਨ ਜੋ ਕਿ ਇਸ ਸ਼ਖਸ ਨੇ ਹੁਣ ਕੰਪਲੇਂਟ ਦਰਜ ਕਰਾ ਦਿੱਤੀ ਹੈ। ਹੁਣ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਚੋਰਨੀਆਂ ਲੱਭ ਜਾਣ ਅਤੇ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣ, ਨਹੀਂ ਤਾਂ ਜੇਕਰ ਇਹ ਬਾਹਰ ਰਹੀਆਂ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਖਤਰਾ ਹੋਵੇਗਾ, ਕਿੰਨੇ ਲੋਕਾਂ ਦੀਆਂ ਜੇਬਾਂ ਕੱਟ ਲੈਣਗੀਆਂ। ਦਰਅਸਲ ਤੁਹਾਨੂੰ ਦੱਸ ਦਈਏ, ਪਹਿਲਾਂ ਕਹਾਣੀਆਂ ਦੇ ਵਿੱਚ, ਫਿਲਮਾਂ ਦੇ ਵਿੱਚ ਇਹ ਸੁਣਿਆ ਸੀ ਕਿ ਦੋ ਚੋਰਨੀਆਂ ਇਕੱਠੀਆਂ ਹੋ ਕੇ ਚੋਰੀ ਕਰਦੀਆਂ ਨੇ, ਇੱਕ ਸ਼ਖਸ ਨੂੰ ਉਲਝਾਉਂਦੀ ਹੈ ਅਤੇ ਦੂਸਰੀ ਔਰਤ ਉਸਦੀ ਜੇਬ ਕੱਟ ਲੈਂਦੀ ਹੈ। ਅੱਜ ਅਸਲੀਅਤ ਦੇ ਵਿੱਚ ਦੇਖਣ ਨੂੰ ਮਿਲ ਗਿਆ ਹੈ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹੁਸ਼ਿਆਰਪੁਰ ਦੇ ਘੱਟਾ ਘਰ ਨੇੜੇ ਦੇ ਇੱਕ ਮੈਡੀਕਲ ਸ਼ੋਪ ਜਿੱਥੇ ਇਹਨਾਂ ਚੋਰਨੀਆਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਇਸ ਔਰਤ ਦਾ ਤਾਂ ਫੜ ਕੇ ਮੂੰਹ ਕਾਲਾ ਕਰ ਦੇਣਾ ਚਾਹੀਦਾ ਹੈ। ਇਹ ਅਸੀਂ ਇਸ ਲਈ ਕਹਿ ਰਹੇ ਹਾਂ, ਇਸ ਦੀ ਹਰਕਤ ਵੇਖੋ। ਮੈਡੀਕਲ ਦੀ ਦੁਕਾਨ ਤੇ ਖੜਿਆ ਇਹ ਸ਼ਖਸ ਜੋ ਕਿ ਪਹਿਲਾਂ ਤੋਂ ਹੀ ਪੀੜਿਤ ਹੈ, ਦਵਾਈ ਲੈਣ ਆਇਆ ਸੀ ਤੇ ਉਸਦੀ ਜੇਬ ਕੱਟ ਕੇ ਲੈ ਗਈਆਂ ਇਹ ਚੋਰਨੀਆਂ। ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਈਆਂ ਨੇ ਦੋਨੇ ਚੋਰਨੀਆਂ। ਇੱਕ ਨੇ ਪੀਲਾ ਸੂਟ ਪਾਇਆ ਜੋ ਕਿ ਪਿੱਛੇ ਖੜੀ ਹੈ ਅਤੇ ਇੱਕ ਸ਼ਖਸ ਦੇ ਨਾਲ ਖੜੀ ਹੈ, ਪੀੜਿਤ ਸ਼ਖਸ ਦੇ ਨਾਲ ਖੜੀ ਹੈ ਉਸਦਾ ਧਿਆਨ ਉਲਝਾਉਣ। ਤਾਂ ਦੇਖ ਸਕਦੇ ਹੋ ਕਿਵੇਂ ਚੁਸਤ ਚਲਾਕੀ ਦੇ ਨਾਲ ਇਸ ਔਰਤ ਦੇ ਵੱਲੋਂ ਉਸ ਸ਼ਖਸ ਦੇ ਜੇਬ ਦੇ ਵਿੱਚੋਂ ਪਰਸ ਕੱਢ ਵੀ ਲਿਆ ਗਿਆ ਤੇ ਉਸ ਸ਼ਖਸ ਨੂੰ ਪਤਾ ਵੀ ਨਹੀਂ ਲੱਗਿਆ। ਬਾਅਦ ਦੇ ਵਿੱਚ ਜਦ ਉਹ ਮੈਡੀਕਲ ਵਾਲੇ ਨੂੰ ਪੈਸੇ ਦੇਣ ਲੱਗਾ ਤਾਂ ਪਤਾ ਲੱਗਿਆ ਕਿ ਉਸਦੇ ਕੋਲ ਤਾਂ ਪੈਸੇ ਹੀ ਹੈ ਨਹੀਂ, ਉਸਦਾ ਤਾਂ ਬਟੂਆ ਹੀ ਗਾਇਬ ਹੈ। ਤਾਂ ਦੱਸ ਦਈਏ ਕਿ ਉਸ ਬਟੂਏ ਦੇ ਵਿੱਚ 7000 ਰੁਪਏ ਸਨ ਅਤੇ ਹੋਰ ਕਈ ਜ਼ਰੂਰੀ ਕਾਗਜ਼ਾਤ ਸਨ ਜੋ ਕਿ ਇਸ ਸ਼ਖਸ ਨੇ ਹੁਣ ਕੰਪਲੇਂਟ ਦਰਜ ਕਰਾ ਦਿੱਤੀ ਹੈ। ਹੁਣ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਚੋਰਨੀਆਂ ਲੱਭ ਜਾਣ ਅਤੇ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣ, ਨਹੀਂ ਤਾਂ ਜੇਕਰ ਇਹ ਬਾਹਰ ਰਹੀਆਂ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਖਤਰਾ ਹੋਵੇਗਾ, ਕਿੰਨੇ ਲੋਕਾਂ ਦੀਆਂ ਜੇਬਾਂ ਕੱਟ ਲੈਣਗੀਆਂ। ਦਰਅਸਲ ਤੁਹਾਨੂੰ ਦੱਸ ਦਈਏ, ਪਹਿਲਾਂ ਕਹਾਣੀਆਂ ਦੇ ਵਿੱਚ, ਫਿਲਮਾਂ ਦੇ ਵਿੱਚ ਇਹ ਸੁਣਿਆ ਸੀ ਕਿ ਦੋ ਚੋਰਨੀਆਂ ਇਕੱਠੀਆਂ ਹੋ ਕੇ ਚੋਰੀ ਕਰਦੀਆਂ ਨੇ, ਇੱਕ ਸ਼ਖਸ ਨੂੰ ਉਲਝਾਉਂਦੀ ਹੈ ਅਤੇ ਦੂਸਰੀ ਔਰਤ ਉਸਦੀ ਜੇਬ ਕੱਟ ਲੈਂਦੀ ਹੈ। ਅੱਜ ਅਸਲੀਅਤ ਦੇ ਵਿੱਚ ਦੇਖਣ ਨੂੰ ਮਿਲ ਗਿਆ ਹੈ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹੁਸ਼ਿਆਰਪੁਰ ਦੇ ਘੱਟਾ ਘਰ ਨੇੜੇ ਦੇ ਇੱਕ ਮੈਡੀਕਲ ਸ਼ੋਪ ਜਿੱਥੇ ਇਹਨਾਂ ਚੋਰਨੀਆਂ ਦੇ ਵੱਲੋਂ ਚੋਰੀ ਕੀਤੀ ਗਈ ਹੈ।